السلام علیکم، بسم اللہ الرحمن الرحیم، ویلکم ਨਵਾਂ ਵਲੌਗ ਦੁਬਈ ਵਲੌਗ ਤੋਂ ਸਟਾਰਟ ਕਰਨੇ ਹਾਂ ਤੁਹਾਡੇ ਨਾਲ। ਅੱਜ ਬਣਾ ਰਹੇ ਹਾਂ ਅਸੀਂ ਦਾਲ ਚਾਵਲ, ਠੀਕ ਹੈ, ਤੁਹਾਨੂੰ ਵਿਊ ਕਰਾਉਂਦੇ ਹਾਂ। ਅਤੇ ਦਾਲ ਚਾਵਲ ਤੁਹਾਨੂੰ ਪਤਾ ਸਿਆਲਕੋਟੀਆਂ ਦੀ ਬੜੀ ਫੇਵਰੇਟ ਡਿਸ਼ ਹੈ, ਅਸੀਂ ਦਾਲ ਚਾਵਲ ਬੜੇ ਖੁਸ਼ ਹੋ ਕੇ ਖਾਂਦੇ ਹਾਂ। ਅਤੇ ਪ੍ਰਦੇਸ਼ ਤੋਂ ਤੁਹਾਡੇ ਨਾਲ ਹਾਂ, ਠੀਕ ਹੈ। ਅਤੇ ਸਾਡਾ ਵਲੌਗ ਤੱਕੋ, ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਸਟਾਰਟ ਕਰ। ਦਾਲ ਹੈ, ਵੇਖ ਸਕਦੇ ਹੋ ਤੁਸੀਂ, ਢੱਕਣ ਲਾਉਣ ਲੱਗੇ ਪ੍ਰੈਸ਼ਰ ਕੁੱਕਰ ਦਾ ਹੁਣ। ਅਤੇ ਦੂਸਰੇ ਪਾਸੇ ਚਾਵਲ, ਵਾਈਟ ਚਾਵਲ ਉਬਾਲੇ ਜਾ ਰਹੇ ਜੀ। ਦੂਸਰੇ ਪਾਸੇ ਦੇਖ ਸਕਦੇ ਹੋ ਤੁਸੀਂ, ਹੈ ਇਹ ਐਡਾ ਵੱਡਾ ਪਤੀਲਾ ਰੱਖ ਰਿਹਾ ਅਸਾਂ। ਉਹ ਜੀ ਕੁੱਕਰ ਵੀ ਲੱਗ ਗਿਆ ਅਤੇ ਚਾਵਲ ਵੀ, ਅਤੇ 10-15 ਮਿੰਟਾਂ 'ਚ ਬਸ ਵੇਖੋ ਤੁਸੀਂ, ਹੁਣ ਚਾਵਲ ਵੀ ਤਿਆਰ ਅਤੇ ਉਸ ਤੋਂ ਬਾਅਦ ਦਾਲ ਵੀ ਤਿਆਰ ਹੈ। ਅਤੇ ਖਾਵਾਂਗੇ ਅਸੀਂ ਦਾਲ ਚਾਵਲ। ਅੱਜ ਛੁੱਟੀ, ਤੁਹਾਨੂੰ ਪਤਾ ਹੀ, ਇਤਵਾਰ ਦਾ ਦਿਨ, ਇਤਵਾਰ ਨੂੰ ਛੁੱਟੀ ਹੁੰਦੀ ਹੈ, ਅਤੇ ਅੱਜ ਦਾਲ ਚਾਵਲ ਬਣਾ ਕੇ ਘਰ ਬਹਿ ਕੇ ਖਾਂਦੇ ਹਾਂ। ਲੋਕ ਸਾਡਾ ਸਟਾਰਟ ਹੋ ਗਿਆ ਚਾਵਲ ਜਿਹੜੇ, ਤਾਂ ਵੇਖ ਲਓ ਤੁਸੀਂ ਇਸ ਟਾਈਮ ਪਿੱਛੇ ਅਸਾਂ ਜਿਹੜੀ ਉਹ ਨਚੋੜ ਲਈ, ਠੀਕ ਹੈ, ਕਿਆ ਹੀ ਬਾਤ ਹੈ। ਚਾਵਲ ਸਾਡੇ ਰੈਡੀ ਹੋ ਗਏ ਜੀ, ਤੁਸੀਂ ਵੇਖ ਸਕਦੇ ਹੋ। ਅਤੇ ਪ੍ਰੈਸ਼ਰ 'ਚ ਇੱਧਰ ਅਸਾਂ ਦਾਲ ਰੱਖੀਏ, ਅਤੇ ਕਹਿੰਦੇ ਕੀ ਕਹਿੰਦੇ ਜੀ, ਪਿੱਛੇ ਨਚੋੜ ਕੇ ਅਤੇ ਦਮ ਛੜਿਆ ਲਾ। ਦਾਲ ਨੂੰ ਤੜਕਾ ਲਾਉਣ ਵਾਸਤੇ ਪਿਆਜ਼ ਵੀ ਕੱਟ ਕੀਤਾ, ਰੈਡੀ ਹੋ ਗਏ ਪਿਆਜ਼, ਠੀਕ ਹੈ, ਸਿਟੀ ਬੋਲ ਗਈ ਬਸ ਹੁਣ ਰੈਡੀ ਦਾਲ, ਬਸ ਹੁਣ ਤੜਕਾ ਲਾਉਣਾ, ਉਸ ਤੋਂ ਬਾਅਦ ਚਾਵਲ ਵੀ ਰੈਡੀ ਹੈ, ਫਿਰ ਅੰਦਰ ਬਹਿ ਕੇ ਖਾਂਦੇ ਹਾਂ। ਉਹ ਜੀ ਦਾਲ ਚੌਲ ਰੈਡੀ ਹੋ ਗਏ, ਠੀਕ ਹੈ ਜੀ। ਅਤੇ ਦਾਲ ਚੌਲ ਲੱਗੇ ਹੁਣ ਅਸੀਂ ਖਾਣ, ਵੇਖ ਸਕਦੇ ਹੋ, ਹਾਏ 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 ਹਾਏ, ਬਹਿ ਗਏ ਅਸੀਂ ਦਾਲ ਚੌਲ ਖਾਣ ਲੱਗੇ ਹਾਂ। ਸਾਡਾ ਅੱਜ ਦਾ ਵਲੌਗ ਸਟਾਰਟ ਕੀਤਾ ਅਸਾਂ ਦਾਲ ਚੌਲ ਤੋਂ, ਹੁਣ ਦਾਲ ਚੌਲ ਖਾਣ ਲੱਗੇ ਹਾਂ, ਠੀਕ ਹੈ। ਲਓ ਜੀ ਸ਼ਾਹ ਜੀ, ਇਸ ਪਾਸੇ ਦਾਲ ਚੌਲ ਖਾਣ ਤੋਂ ਬਾਅਦ ਸ਼ਾਹਰੀ ਆਏ ਪਾਕਿਸਤਾਨ ਨੂੰ, ਠੀਕ ਹੈ, ਅਤੇ ਸ਼ਾਹਰਾ ਨੂੰ ਵੈਲਕਮ ਕੀਤਾ, ਸ਼ਾਹਰਾ ਨੂੰ ਰਿਸੀਵ ਕਰਕੇ ਇਸ ਟਾਈਮ ਅਸੀਂ ਬਰਦ ਵੀ ਫਿਰਦੇ ਹਾਂ। ਅਤੇ ਸ਼ਾਹਰਾ ਨੂੰ ਮੈਂ ਪੜਾਈ ਜਾ ਰਹੀ, ਕੀ ਨਾਂ ਸ਼ਾਹ ਜੀ ਇਹਦਾ? ਬਾਰਬੀਕਨ। ਹਾਂ, ਬਾਰਬੀਕਨ ਸ਼ਾਹਰਾ ਨੂੰ ਪੜਾ ਰਹੇ ਹਾਂ ਜੀ, ਸ਼ਾਹਰੀ ਨਾਲ, ਠੀਕ ਹੈ, ਅਤੇ ਇਸ ਟਾਈਮ ਅਸੀਂ ਬਰਦ ਬਈ ਫਿਰਦੇ ਹਾਂ। ਅਤੇ ਸ਼ਾਹ ਜੀ ਕਿੰਨੀ ਦੇਰ ਬਾਅਦ ਬਈ ਵਾਪਸ ਆਏ? ਚਾਰ ਸਾਢੇ ਚਾਰ ਮਹੀਨਿਆਂ ਬਾਅਦ ਸ਼ਾਹਰੀ ਵਾਪਸ ਆਏ ਰਹੇ, ਅਤੇ ਸ਼ਾਹਰਾ ਜੇ ਰਾਤਾ ਕੀਤਾ ਆ ਕੇ ਵਾਪਸ ਆਉਣ, ਕਿਹਾ ਮੈਂ ਆ ਗਿਆ ਦੁਬਈ, ਮੈਂ ਆਈ ਹੋਏ ਦੁਬਈ ਆ ਗਈ, ਉਹਦੇ ਹੁਣ ਸ਼ਾਹਰਾ ਦੇ ਨਾਲ ਨਿਕਲੇ ਬਰਦ ਬਈ, ਅੱਗੇ ਤੁਹਾਨੂੰ ਵਹਾਨੇ ਕਿੱਥੇ ਚੱਲੇ। ਬਰਦ ਬਈ ਜੀ ਤੁਸੀਂ ਵੇਖ ਸਕਦੇ ਹੋ, ਬੜੀ ਰੌਣਕ ਸ਼ੌਣਕ ਹੈ ਬਰਦ ਬਈ ਦੇ ਵਿੱਚ। ਅਤੇ ਇਸ ਟਾਈਮ ਅਸੀਂ ਲੰਘਣ ਦੇ ਹਾਂ ਵਿਕਾਸ ਦੁਬਈ ਵਾਲਾ ਨੂੰ, ਜਿਹੜਾ ਬੜਾ ਟਿਕਟਾਕ 'ਤੇ ਫੇਮਸ ਹੈ, ਵਿਕਾਸ ਦੁਬਈ ਵਾਲਾ, ਇਹ ਉਹਦੀ ਦੁਕਾਨ ਹੈ ਜੀ, ਵਿਕਾਸ ਦੁਬਈ ਵਾਲੇ ਦੀ, ਠੀਕ ਹੈ ਜੀ, ਮੁੰਡੇ ਲੱਗੇ ਉਹਨਾਂ ਨੇ ਕੰਮ ਕਰਨ। ਸ਼ਾਹ ਜੀ ਹੁਣ ਕਿੱਦਾਂ ਦਾ ਪਲੈਨ ਹੈ? ਕਿੱਦਾਂ ਦਾ ਪਲੈਨ ਹੈ ਹੁਣ ਦਾ ਪਲੈਨ ਹੈ? ਗਰਮੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਹੈ ਅੱਜ, ਬਹੁਤ ਜ਼ਿਆਦਾ ਗਰਮੀ, ਠੀਕ ਹੈ। ਸ਼ਾਹਰਾ ਨੇ ਮੋਬਾਈਲ ਦਿੱਤਾ ਸਹੀ ਕਰਾਉਣ ਵਾਸਤੇ, ਮੈਂ ਇਹਨਾਂ ਨੂੰ ਕਿਹਾ ਕਿ ਚੇਂਜ ਕਰ ਲਓ, ਨਵਾਂ ਮੋਬਾਈਲ ਲੈ ਲਓ। ਸ਼ਾਹਰਾ ਕਿਹਾ ਵਿੱਚ ਡਾਟਾ ਡਾਟਾ ਨਿਕਲ ਜਾਂਦਾ, ਡਾਟੇ ਦੀ ਕਿਹੜੀ ਗੱਲ ਹੈ ਸ਼ਾਹ ਜੀ, ਡਾਟਾ ਨਿਕਲ ਜਾਂਦਾ, ਸਿਮ ਪਾਓਗੇ ਤਾਂ ਨੰਬਰ ਆਈ ਜਾਣਗੇ, ਜੀਮੇਲ ਦੀ ਆਈ ਡੀ ਯਾਦ ਤੁਹਾਨੂੰ? ਜੀਮੇਲ ਦੀ ਆਈ ਡੀ ਲਾਓਗੇ ਤਾਂ ਸਾਰਾ ਕੁਝ ਨਿਕਲ ਜਾਂਦਾ, ਜੀਮੇਲ ਦੀ ਹੁਣ ਬਹੀਏ ਚੱਲੀਏ ਸ਼ਾਹ ਜੀ, ਨਹੀਂ ਯਾਦ ਤੇ ਕੀ ਕਰੀਏ, ਹੈਂ ਇਹ ਗੱਡੀ ਹੈ ਜੀ, ਕੀ ਆ ਸਪੋਰਟ ਜੀ। ਸ਼ਾਹ ਜੀ ਸਾਡੀ ਗੱਲ 'ਤੇ ਅਮਲ ਨਹੀਂ ਕਰਦੇ, ਮੈਂ ਇਹਨਾਂ ਨੂੰ ਕੀ ਕਿਹਾ ਕਿ ਮੋਬਾਇਲ ਦੋਸਤਾਂ ਲਵੋ, ਪਾਕਿਸਤਾਨ ਨੂੰ ਆਏ ਦਾ ਅੱਜ ਕੱਲ੍ਹ ਦਿਰਮ ਕੋਲ ਹੈ, ਠੀਕ ਹੈ, ਮੈਂ ਮੋਬਾਇਲ ਚੇਂਜ ਕਰੋ, ਉਹਦੇ ਸਿਮ ਪਾਓ, ਉਹ ਜੀਮੇਲ ਲਾਓ ਅਤੇ ਨੰਬਰ ਆਈ ਜਾਂਦੇ, ਤੁਹਾਨੂੰ ਜੀਮੇਲ ਨਹੀਂ ਯਾਦ? ਜੀਮੇਲ ਹੀ ਨਹੀਂ ਯਾਦ, ਮੋਬਾਈਲ ਚਲਾ ਦੇ ਜੀਮੇਲ ਹੀ ਨਹੀਂ ਯਾਦ, ਨੰਬਰ ਸਿਮ 'ਚ ਨਹੀਂ ਸੇਵ ਕੀਤੇ, ਤਾਂ ਪਸੀਨਾ ਵੇਖੋ ਕਿਸ ਤਰ੍ਹਾਂ ਆਇਆ ਸ਼ਾਹਰਾ ਨੂੰ ਅਤੇ ਮੈਨੂੰ, ਗਰਮੀ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਗਰਮੀ, ਬਹੁਤ ਗਰਮੀ, ਬਹੁਤ ਗਰਮੀ। ਲਓ
ਜੇ ਅਸੀਂ ਹੁਣ ਨਿਕਲਣ ਲੱਗੇ ਗੱਡੀ 'ਚ ਬਹਿ ਗਏ ਵੀ ਨਿਕਲਣੇ ਹੁਣ ਜ਼ਰਾ ਸ਼ਹਿਰ ਨੂੰ ਸੱਤਵੇ ਲਾਈਏ ਅਤੇ ਮੈਂ ਫਿਰ ਆਪਣੇ ਘਰ 'ਚ ਆਫੀਏ ਜਾਵਾਂਗਾ। ਕਾਸ਼ੀ ਸ਼ਹਿਰ ਨੂੰ ਲਾ ਕੇ ਅਤੇ ਉਹਨਾਂ ਨੂੰ ਛੱਡ ਕੇ ਆਇਆ ਵਾ। ਉਸ ਤੋਂ ਬਾਅਦ ਮੈਂ ਆ ਗਿਆ ਆਸਫ ਭਾਈ ਹੋਰਾਂ ਕੋਲ। ਆਸਫ ਭਾਈ ਨੇ ਮੈਨੂੰ ਕਾਲ ਕੀਤੀ, ਆਸਫ ਭਾਈ ਕਹਿ ਰਹੇ ਕਾਫੀ ਦਿਨ ਹੋਏ ਮੁਲਾਕਾਤ ਨਹੀਂ ਹੋ ਰਹੀ ਅਤੇ ਮੁਲਾਕਾਤ ਤੇ ਕਰੋ ਅਤੇ ਆਸਫ ਭਾਈ ਨੂੰ ਮਿਲਾਉਣਾ ਹੈ। ਅਤੇ ਆਸਫ ਸਾਡੇ ਵੱਡੇ ਭਾਈ ਆਸਫ ਭਾਈ ਹੋਰੀ ਅਤੇ ਆਸਫ ਭਾਈ ਦਾ ਕੋਲ ਜ਼ਰਾ ਸਤਵੇਂ ਆਏ ਆ। ਇਸ ਤੋਂ ਬਾਅਦ ਅਸੀਂ ਨਿਕਲਾਂਗੇ ਘਰ ਦੀ ਤਰਫ਼। ਅੱਜ ਦਾ ਵਲੋਗ ਛੋਟਾ ਹੀ ਕਿਉਂਕਿ ਅੱਜ ਬਾਹਰ ਇੰਨਾ ਨਹੀਂ ਨਿਕਲੇ, ਤੁਹਾਨੂੰ ਪਤਾ। ਅੱਜ ਦਾ ਵਲੋਗ ਸਾਡਾ ਛੋਟਾ ਹੀ ਹੋਣਾ ਅਤੇ ਦੁਬਈ ਵਲੋਗ, ਡੇਲੀ ਵਲੋਗ, ਦੁਬਈ ਵਲੋਗ।